वड्डी खबर चंडीगढ़ तो सामने आ रही है जिथे कि पंजाब दे डीजीपी दिनकर गुप्ता की बेटी नू आइसोलेट किया गया है। डीजीपी गुप्ता की बेटी कुछ दिन पहला विदेश तो वापस परती सी। हुण डीजीपी दे घर दे बाहर उन्हां दी बेटी दे नाम दा बोर्ड लगाया गया है। उन्हां दी बेटी 16 मार्च नू बाहरले देश तो वापस परती सी जिस कारण उस नू कांतवास विच रखिया गया है। इस खबर की होर जानकारी लई असीं जुड़दे हां चंडीगढ़ तो सीनियर पत्रकार दर्शन सिंह खोखर दे नाल। जी खोखर जी, जी अज डीजीपी की बेटी सी जी बाहरले मुल्क तो आई सी उन्हां नू कांतवास दे विच रखिया गया सी, की जानकारी है तुहाडे कोल? देखो पंजाब सरकार ते होर ना स्टेटां ने फैसला कीता है कि जिहड़े विदेशां तों आउंदे ने चाहे ओह एनआरई होण जां फिर ओह घुम्मण गए होण टूरिस्ट होण उहनां नूं आ के 14 दिन लई एकांतवास रखणा जरूरी है क्योंकि जिहड़े इह करोना दी बीमारी है इह विदेशां तों आई है जी, इत्थों दी बीमारी है नहीं, जिस कारण चौकसी पक्खों इह कदम उठाए गए ने। पंजाब दे विच जिस तरह कहा जा रहा कि हजारां लोक इहो जिहे ने जिहड़े अपने आप नूं नहीं दस रहे कि सानूं कि असीं बाहरों घुम्म के आए हां एकांतवास होने तो डरते ने। एक चंगा मैसेज है, चंगा सुनेहा डीजीपी वालों जिन्हां की बेटी खुद बाहरों उन्होंने खुद कहा कि इन्हू एकांतवास रखो, उन्हों भावे कोई लक्षण नहीं किसी भी तरह का करोना का जी, पर फिर भी सुरक्षा लिए अपनी गुआढ़ियों की अपनी स्टेट की सुरक्षा लिए जरूरी है कि एकांतवास में उस सारे बंद रखा जाए जेडे बाहरों आते हैं जा जिदे कितना कित कोई लगता लक्षण आगता कि ਕਰੋਨਾ ਪੋਜ਼ਿਟਿਵ ਜਿਹੜਾ ਕੇਸ ਹੈ ਉਹਦੇ ਬੰਦਾ ਸੰਪਰਕ ਦੇ ਵਿੱਚ ਰਿਹਾ ਹੋਵੇ, ਇਹ ਬਿਮਾਰੀ ਨੂੰ ਕਾਬੂ ਕਰਨ ਦਾ ਇੱਕ ਵਧੀਆ ਜ਼ਰੀਆ। ਇਹਦੇ ਬਾਰੇ ਜੋ ਬਕਾਇਦਾ ਮੁੱਖ ਮੰਤਰੀ ਦੇ ਸਲਾਹਕਾਰ ਨੇ ਅਰਵਿੰਦ ਠੁਕਰਾਲ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਜੋ ਡੀਜੀਪੀ ਦੀ ਬੇਟੀ ਹੈ ਉਹ 16 ਮਾਰਚ ਨੂੰ ਇੱਥੇ ਇੰਡੀਆ ਆਈ ਸੀ ਵਿਦੇਸ਼ ਦੇ ਵਿੱਚੋਂ, ਜਿਸ ਕਾਰਨ ਉਹਨੂੰ 17 ਤੋਂ ਲੈ ਕੇ ਅੱਜ ਤੱਕ ਉਹਨੂੰ ਇਕਾਂਤਵਾਸ ਵਿੱਚ ਰੱਖਿਆ ਸੈਕਟਰ 16 ਵਿੱਚ ਚੰਡੀਗੜ੍ਹ ਵਿੱਚ। ਜੀ ਖੁਕਰ ਜੀ, ਪੰਜਾਬ ਦੇ ਡੀਜੀਪੀ ਨੇ, ਪੰਜਾਬ ਦੇ ਵੱਡੇ ਅਧਿਕਾਰੀ ਨੇ, ਤੇ ਇੱਕ ਤਰ੍ਹਾਂ ਦਾ ਚੰਗਾ ਮੈਸੇਜ ਵੀ ਜਾਂਦਾ ਆਮ ਲੋਕਾਂ ਦੇ ਲਈ ਕਿਉਂਕਿ ਜਾਣਕਾਰੀ ਦੇਣੀ ਬਹੁਤ ਜ਼ਰੂਰੀ ਹੁੰਦੀ ਹੈ ਅਜਿਹੇ ਸਮੇਂ ਦੇ ਵਿੱਚ ਜਦੋਂ ਪੂਰਾ ਮੁਲਕ ਅਜਿਹੇ ਸਥਿਤੀ ਦੇ ਵਿੱਚ ਗੁਜ਼ਰ ਰਿਹਾ ਹੋਵੇ। ਬਿਲਕੁਲ, ਜਿਸ ਤਰ੍ਹਾਂ ਚਾਹੀਦਾ ਤਾਂ ਇਹ ਸੀ ਕਿ ਜਦੋਂ ਉਹਨਾਂ ਦੀ ਬੇਟੀ ਨੂੰ ਡੀਜੀਪੀ ਦੀ ਬੇਟੀ ਨੂੰ ਕਾਂਫਰੰਸ ਰੱਖਿਆ ਗਿਆ ਉਦੋਂ ਇਹ ਖਬਰ ਫਲੈਸ਼ ਕਰਦੇ ਕਿ ਤੁਹਾਨੂੰ ਵੀ ਇਸ ਤਰ੍ਹਾਂ ਅੱਗੇ ਹੋ ਕੇ ਆਪਣੇ ਆਪ ਨੂੰ ਦੱਸਣਾ ਚਾਹੀਦਾ ਕਿ ਭਾਈ ਅਸੀਂ ਵਿਦੇਸ਼ਾਂ ਤੋਂ ਆਏ ਹਾਂ, ਅਸੀਂ ਐਨਆਰਆਈ ਹਾਂ। ਹੁਣ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਆਦੇਸ਼ ਜਾਰੀ ਕੀਤਾ ਸਰਪੰਚਾਂ ਨੂੰ ਕਿ ਉਹ ਪਤਾ ਕਰਕੇ ਦੱਸਣ ਕਿ ਐਨਆਰਆਈ ਕਿਤੇ ਕਿਸੇ ਦੇ ਘਰੇ ਤਾਂ ਨਹੀਂ ਆਇਆ, ਉਹ ਆਪਣੇ ਘਰੇ ਨਹੀਂ ਆਇਆ, ਕੋਈ ਰਿਸ਼ਤੇਦਾਰ 'ਚ ਤਾਂ ਨਹੀਂ ਆਇਆ, ਫਿਰ ਨੌਬਤ ਇੱਥੇ ਤੱਕ ਨਹੀਂ ਸੀ ਆਉਣੀ। ਜੇ ਇਸ ਤਰ੍ਹਾਂ ਦੇ ਮੈਸੇਜ, ਚੰਗੇ ਮੈਸੇਜ ਜੋ ਇੱਕ ਸੁਨੇਹਾ ਦੇਣ ਵਾਲੇ ਆ, ਲੋਕਾਂ ਨੂੰ ਜਾਗਰੂਕ ਕਰਨ ਵਾਲੇ ਆ, ਪਹਿਲਾਂ ਸਰਕਾਰ ਆਪਣੇ ਵੱਲੋਂ ਪੈਦਾ ਕਰਦੀ, ਫਿਰ ਇਹਦਾ ਫਾਇਦਾ ਹੋਣਾ ਸੀਗਾ। ਜਿਸ ਤਰ੍ਹਾਂ ਹੁਣ ਐਨਆਰਆਈ ਨੇ ਬਹੁਤ ਸਾਰਿਆਂ ਨੇ ਆਪਣੇ ਆਪ ਨੂੰ ਛੁਪਾਇਆ ਹੋਇਆ, ਸਰਕਾਰ ਨੂੰ ਸਖ਼ਤੀ ਵਰਤਣੀ ਪੈ ਰਹੀ ਹੈ। ਹੁਣ ਜਿਸ ਤਰ੍ਹਾਂ ਸਰਕਾਰ ਨੇ ਕਿਹਾ ਕਿ ਜੋ ਵੀ ਐਨਆਰਆਈ ਨੇ ਜਾਂ ਜਿਹੜੇ ਬਾਹਰੋਂ ਆਉਂਦੇ ਨੇ ਉਹਨਾਂ ਨੂੰ ਅਲੱਗ ਰੱਖਿਆ ਜਾਵੇ, ਜਿਸ ਤਰ੍ਹਾਂ ਸਰਕਾਰੀ ਸਕੂਲ ਨੇ, ਹੋਟਲ ਨੇ, ਹੋਰ ਅਲੱਗ ਥਾਂ ਤੇ, ਪਰ ਫਿਰ ਵੀ ਐਨਆਰਆਈ ਆਪਣੇ ਆਪ ਨੂੰ ਸਾਹਮਣੇ ਨਹੀਂ ਆ ਰਹੀ, ਇੱਕ ਮਾੜੀ ਗੱਲ ਆ। ਇੱਕ ਸਹਿਯੋਗ ਹੁੰਦਾ ਜਿਹੜਾ ਲੋਕਾਂ ਵੱਲੋਂ ਦੇਣਾ ਚਾਹੀਦਾ ਹੁੰਦਾ, ਪਰ ਸਰਕਾਰਾਂ ਨੂੰ ਵੀ ਇਹ ਮੈਸੇਜ ਇਸ ਤਰ੍ਹਾਂ ਦੇ ਪਹਿਲਾਂ ਦੇਣੇ ਚਾਹੀਦੇ ਸੀ ਤਾਂ ਕਿ ਲੋਕ ਖੁਦ ਹੀ ਜਾਗਰੂਕ ਹੋ ਜਾਂਦੇ। ਜੀ ਜੀ, ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ। ਪੰਜਾਬ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ, ਜਿਸ ਕਾਰਨ ਹੁਣ ਤੱਕ ਸੂਬੇ ਦੇ ਵਿੱਚ 4 ਮੌਤਾਂ ਹੋ ਚੁੱਕੀਆਂ ਨੇ। ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਵੱਲੋਂ ਆਪਣੀ ਬੇਟੀ ਨੂੰ ਕਾਂਤਵਾਸ ਵਿੱਚ ਰੱਖ ਕੇ ਇੱਕ ਚੰਗਾ ਸੁਨੇਹਾ ਦਿੱਤਾ ਗਿਆ ਹੈ ਕਿ ਜਿਹੜੇ ਲੋਕ ਬਾਹਰਲੇ ਮੁਲਕਾਂ ਤੋਂ ਆਏ ਨੇ ਉਹ ਪੰਜਾਬ ਸਰਕਾਰ ਨੂੰ ਆਪਣਾ ਫਰਜ਼ ਸਮਝਦੇ ਹੋਏ ਸਹੀ ਜਾਣਕਾਰੀ ਦੇਣ ਤਾਂ ਕਿ ਪੰਜਾਬ ਵਿੱਚ ਕੋਰੋਨਾ ਦੇ ਵੱਧਦੇ ਹੋਏ ਖਤਰੇ ਨੂੰ ਰੋਕਿਆ ਜਾ ਸਕੇ। ਚੰਡੀਗੜ੍ਹ ਤੋਂ ਦਰਸ਼ਨ ਸਿੰਘ ਖੋਖਰ ਦੀ ਰਿਪੋਰਟ, ਗਲੋਬਲ ਪੰਜਾਬ ਟੀਵੀ।